ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 5 ਗਾਵਾਂ ਸੇਲ ਲਈ ਲੈ ਕੇ ਆਏ ਜੀ। 4 ਬਾਈ ਤਾਜ਼ੀਆਂ ਸੂਈਆਂ, 1 ਗਾਬਣਾ ਬਾਈ, ਆਓ ਪੁੱਛ ਲੈਂਦੇ ਬਾਈ ਤੋਂ ਡੀਲ। ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਠੀਕ ਹੋ? ਵਧੀਆ ਜੀ। ਹਾਂਜੀ ਵਧੀਆ ਵਧੀਆ। ਨਾਮ ਤੇ ਐਡਰੈਸ ਬੋਲ। ਨਾਮ ਵੀਰੇ ਵਿਜੇ ਆ ਬਾਈ, ਪਿੰਡ ਸਜਦੋ ਗਿਆ, ਤਹਿਸੀਲ ਲਿਆ ਸਿੰਘ ਵਾਲਾ, ਜ਼ਿਲ੍ਹਾ ਮੋਗਾ। ਨੇੜੇ ਪਿੰਡ ਬਾਈ? ਨੇੜੇ ਬਾਈ, ਆਪਾਂ ਨੂੰ ਭਦੌੜ ਰਹੇ ਹਾਂ ਤਾਂ 7 ਕਿਲੋਮੀਟਰ, ਤੇ ਇੱਧਰੋਂ ਸਲਾਤਪੁਰਾ ਤੇ ਨਿਹਾਲ ਸਿੰਘ ਵਾਲਾ ਬਾਈ। ਮੋਬਾਈਲ ਨੰਬਰ ਕੋਈ? ਮੋਬਾਈਲ ਨੰਬਰ ਵੀਰੇ 98553888। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ ਦੇ ਜਰਸੀ ਦੇ ਨੇ, ਕਿਹੜਾ ਸੂਆ ਸੂੰਦੀ? ਇਹ ਦੂਜਾ ਸੂਆ ਸੂੰਦੀ ਡਾਕਟਰ ਸਾਹਿਬ। ਕਿੰਨੇ ਦਿਨ ਲੈਂਦੀ ਹੈ? ਇਹ ਹਜੇ ਲੈ ਹੋਈ ਜੀ 5-4 ਦਿਨ, ਮਾਲਕਾਂ ਨੇ ਤਾਂ ਹਫ਼ਤਾ ਦੱਸਿਆ ਸੀ ਜੀ। ਠੀਕ ਆ, ਕਈ ਵਾਰ ਪਸ਼ੂ ਉੱਪਰੇ ਥਾਂ ਆ ਕੇ ਪਹਿਲਾਂ ਵੀ 1-2 ਦਿਨ ਸੂ ਪੈਂਦੇ। ਢਿੱਲਾਂ ਬਹੁਤ ਪਈਆਂ ਹਨਾ? ਹਾਂਜੀ ਹਾਂਜੀ, ਢਿੱਲਾਂ ਬਹੁਤ ਪਈਆਂ ਜੀ ਹਜੇ। ਸਾਰੀਆਂ ਬਲਢਿੱਲਾਂ ਕੱਢੂ ਫੇਰ ਸੂਗੀ। ਹਾਂਜੀ ਬਹੁਤ ਚੰਗਾ ਬਈ, ਖੋਲ ਦੇ ਤੋੜ ਕੇ ਰੱਖਾ ਦੇ। ਕੱਲਾ ਕੱਲਾ ਥਣ ਬਈ, ਮੁੱਠੀ ਵਾਲਾ ਥਣ, ਚਾਰੇ ਥਣ ਨਿਕਲ ਗਏ ਪੂਰੇ ਗੈਸ ਤੇ ਲੱਗੇ। ਕਿੰਨਾ ਦੁੱਧ ਦੱਸਿਆ ਬਾਈ ਨੇ ਡਾਕਟਰ ਸਾਹਿਬ? ਮਾਲਕਾਂ ਨੇ ਆਪਾਂ ਨੂੰ ਪਹਿਲੇ ਸੂਏ ਦਾ 25 ਕਿਲੋ ਦੁੱਧ ਦੱਸਿਆ ਜੀ। ਅੱਛਾ, ਤੇ ਆਪਾਂ ਵੀ ਗਾਂ ਜੀ 25 ਕਿਲੋ ਹੀ ਕਹਿ ਕੇ ਦਵਾਂਗੇ। ਵੀ ਇਹ ਨਹੀਂ ਹੋ ਆਪਾਂ 30 ਕਹਿ ਦਾਂਗੇ, 32 ਕਹਿ ਦਾਂਗੇ, ਹਨਾ? ਠੀਕ ਆ, ਬਾਕੀ ਦੁੱਧ ਬਾਈ ਸੇਵਾ ਦਾ ਗਾਂ ਅਗਲਿਆਂ ਦਾ। ਹਾਂ, ਠੰਡੀ ਸੀਲ ਬਹੁਤ ਆ ਜੀ, ਜਿਵੇਂ ਮਰਜ਼ੀ ਕੋਈ ਥੱਲੇ ਥੱਲੇ ਲਾ ਲਿਓ, ਵੀ ਕਿਵੇਂ ਮਰਜ਼ੀ ਬੈਠਾ ਰਹੇ। ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਚੰਗਾ ਦੱਸਿਆ, ਜਿਵੇਂ ਮਰਜ਼ੀ ਬੈਠਾ ਰਹੇ। ਮਾਲਕਾਂ ਨੇ 25 ਕਿਲੋ ਦੱਸਿਆ ਜੀ ਆਪਾਂ ਨੂੰ, ਤੇ ਆਪਾਂ ਵੀ ਗਾਂ 25 ਕਿਲੋ ਦੇ ਕੇ ਦਵਾਂਗੇ। ਫੇਸ ਵੀ ਚੰਗਾ, ਰੰਗ ਰੂਪ ਚੰਗਾ, ਕੱਦ ਵਿੱਢ ਚੰਗਾ, ਤੇ ਮੁੱਲ ਕੀ ਆ ਭਰਾ ਦਾ? ਮੁੱਲ ਡਾਕਟਰ ਸਾਹਿਬ ਕੁਛ ਕਰੀ ਜਾਈਏ, 85 ਕਰਾ ਲਓ, 90 ਕਰਾ ਲਓ, ਹਨਾ, 75,000 ਰੁਪਏ ਦੀ ਬੈਠ ਦੇ ਦਾਂਗੇ। ਠੀਕ ਆ ਬਾਈ, ਮੁੱਲ ਕਰਾਉਣ ਨੂੰ ਬਾਈ ਕਹਿੰਦਾ 85 ਕਰਾ ਲਓ, 90 ਕਰਾ ਲਓ, 75,000 ਦੀ ਬੈਠ ਆ ਜਿਹੜੀ ਆਪਾਂ ਦੇ ਦਾਂਗੇ ਬਾਈ। ਕੱਦ ਵਿੱਢ ਚੰਗਾ, ਆਰਡਰ ਚੰਗਾ, ਥਣ ਥੁਣ ਚੰਗਾ, ਠੰਡੀ ਠੰਡੀ ਸੀਲ ਬਹੁਤ ਆ ਜੀ, ਮਰਜ਼ੀ ਕੋਈ ਭਲਾ ਜਵਾਕ ਬੈਠਾ ਰਹੇ। ਸਹੀ ਗੱਲ ਆ ਬਾਈ, ਕਿਆ ਬਾਤ ਆ। ਅੱਗੇ ਭਰਾ 2 ਨੰਬਰ, ਕਿਹੜਾ ਸੂਆ ਸੂਈ ਹੈ? ਇਹ ਵੀ ਡਾਕਟਰ ਸਾਹਿਬ ਦੂਜਾ ਸੂਆ ਸੂਈ ਵੀ ਹੈ। ਕਦੋਂ ਸੂਈ ਹੈ ਬਈ? ਇਹ ਕੱਲ ਸਵੇਰ ਦੀ ਸੂਈ ਵੀ ਹੈ ਡਾਕਟਰ ਸਾਹਿਬ, ਜੇਰ ਜੂੜ ਜਮਾ ਉੱਕੇ 1 ਨੰਬਰ। ਠੀਕ ਆ, ਬੱਚਾ ਕੀ ਹੈ ਬਈ? ਮਗਰ ਬੱਚੀ ਹੈ ਜੀ, ਬੱਚੀ ਬਹੁਤ ਚੰਗੀ ਹੈ, ਮਗਰ ਬੱਚੀ ਬਹੁਤ ਚੰਗੀ ਹੈ ਨਾ। ਹਾਂਜੀ, ਕਿੰਨੇ ਬੋਲੇ ਦੇ ਬਈ ਹੁਣ? ਬਾਈ ਹੁਣ ਕਹਿਣ ਨੂੰ ਕੁਛ ਮਰਜ਼ੀ ਕਹੀ ਚੱਲੀਏ, ਜਿਹੜਾ ਚਵਾਉਣਾ ਆਪਾਂ 14 ਕਿਲੋ ਬੋਲਾ, ਭਲਾ 2 ਡੰਗ ਚੋ ਕੇ ਲੈ ਜੇ ਬੰਦਾ। ਨੈਟ ਤਿਆਰ? ਨੈਟ ਜਮਾ ਬਿਲਕੁਲ ਤਿਆਰ ਆ ਬਈ। ਥਣ ਬੜਾ ਚੰਗਾ ਯਾਰ, ਹਨਾ? ਹਾਂ ਹਾਂ ਬਈ, ਥਣ ਥਣ ਧਾਰ ਧੂਰ ਬਹੁਤ ਚੰਗੀ ਹੈ ਬਈ, ਜਿਵੇਂ ਮਰਜ਼ੀ ਕੋਈ ਇਹਦੇ ਥੱਲੇ ਬੈਠਾ ਰਹੇ। ਬਹੁਤ ਹੈ ਯਾਰ, ਹਨਾ? ਹਾਂ ਹਾਂ ਬਈ, ਜਿੱਧਰ ਦੀ ਮਰਜ਼ੀ ਕੋਈ ਬੈਠਾ ਰਹੇ। ਲੈ ਬਈ, 4 ਸਪੇਰੇ ਦੀ ਬਹਿ ਜਾ, ਕਹਿੰਦੀ ਕਰ ਮਾਲੀ ਕੁਛ ਨਹੀਂ, ਸੂਈ ਸਵਾਈ ਬੱਚਾ, ਮਗਰ ਬੱਚੀ ਖੋਲ ਲਾ ਬਈ ਫੁਰਕ ਦੇ ਕਾ ਦੇ। ਬਾਕੀ ਨਾੜ ਨੂੜ ਬਹੁਤ ਚੰਗੀ ਲੱਗੀ ਵੀ ਆ ਬਈ। ਹਾਂ, ਕੱਦ ਫੁੱਲ ਆ, ਥਣ ਬਹੁਤ ਚੰਗਾ ਮੁੱਠੀ ਵਾਲਾ। ਮਾਲਕਾਂ ਨੇ ਬਈ ਪਹਿਲੇ ਸੂਏ ਦਾ ਆਪਾਂ ਨੂੰ 18 ਕਿਲੋ ਦੁੱਧ ਦੱਸਿਆ। ਅੱਛਾ, ਤੇ ਐਤਕੀ 20-21 ਕਿਲੋ ਦੁੱਧ ਆਰਾਮ ਦੇ ਨਾਲ ਕੱਢ ਦੂਗੀ। ਬਾਕੀ ਜਾਣ ਜੂਣ ਬੜੀ ਆ ਬੈਠ ਚ, ਥਣ ਲੈ ਬਾਬਾ ਜੀ ਬਹੁਤ ਕਮਾਲ ਦਾ, ਮੁੱਠੀ ਵਾਲਾ ਥਣ, ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਨੇ, ਚੰਗੀ ਆ ਬੜ, ਸਨੱਕੀ ਆ ਦੁੱਧ, ਵਾਕੇ ਚੰਗਾ ਦੇ ਦੂਗੀ। ਲੈ ਨਾੜਾ ਦਿਖਾਉਂਦੇ ਆ ਬਾਈ, ਥਣ ਨਾੜਾ ਨੂੜਾ ਬਹੁਤ ਚੰਗੀ ਬਈ ਨੇ ਜੀ। ਕਿਆ ਬਾਤ ਹੈ, ਮੁੱਠੀ ਵਾਲਾ ਥਣ, ਚਾਰੇ ਥਣੇ ਪੀੜੀ ਦੇ ਪਾਏ ਵਰਗੇ, ਨਾੜਾ ਨੂੜਾ ਫੁੱਲ ਨੇ ਬਾਈ। ਫੇਸ ਬੜਾ ਪਿਆਰਾ ਗਰਮ ਆਈ ਦਾ, ਬਾਕੀ ਵੱਡੀ ਗੱਲ ਗਰਮੀ ਨਹੀਂ ਮੰਨਦੀ, ਤੇ ਫੈਨ ਫੂਨ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ। ਕੀ ਮੁੱਲ ਆ ਬਾਈ? ਡਾਕਟਰ ਸਾਹਿਬ ਕੁਛ ਮਰਜ਼ੀ ਕਰੀਏ ਜੀ, 72,000 ਰੁਪਏ ਦੀ ਬੈਠ ਦੇ ਦਾਂਗੇ। ਮਾਨਤਾਨ ਹੋ ਜੇ, ਮਾਨਤਾਨ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ। ਬਹੁਤ ਠੀਕ ਆ। ਹਾਂਜੀ, ਦੁੱਧ 20 ਕਿਲੋ ਆਰਾਮ ਦੇ ਨਾਲ ਬੈਠ ਪਾ ਦੂ ਜੀ, ਬਾਕੀ ਨਾ ਦੁੱਧ ਆਪਦੀ ਸੇਵਾ ਦਾ ਹੁੰਦਾ ਹਨਾ। ਬਾਕੀ ਜਿਹੜਾ ਮਾਲ ਆ ਉਹ ਮੁੱਲ ਉਹੋ ਜਿਹਾ ਹੀ ਵਿਕਣਾ, ਆਪਾਂ ਐਵੇਂ ਵੱਧ ਘੱਟ ਕਰੀਏ ਜੀ, ਉਹਦਾ ਕੋਈ ਫਾਇਦਾ ਨਹੀਂ। ਫਾਇਦਾ ਨਹੀਂ। 3 ਨੰਬਰ ਬਾਈ, ਕਿਹੜਾ ਸੂਆ ਸੂਈ ਹੈ? ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਹੈ ਜੀ। ਕਦੋਂ ਸੂਈ ਹੈ ਬਾਈ? ਇਹ ਪਰਸੋਂ ਆਥਣ ਦੀ ਸੂਈ ਵੀ ਹੈ ਜੀ। ਬੱਚਾ ਕੀ ਹੈ ਬਾਈ? ਇਹਦੇ ਮਗਰ ਬੱਚਾ ਜੀ। ਬੱਚਾ ਬਾਈ, ਕਿੰਨੇ ਬੋਲੇ ਤੇ ਹੁਣ? ਇਹਦੇ ਥੱਲੇ ਵੀ ਡਾਕਟਰ ਸਾਹਿਬ ਹੋਊਗਾ ਘੱਟੋ ਘੱਟ ਵੀ ਹੁਣ 15-15.5 ਕਿਲੋ ਬੋਲੀ ਹੋਊ। ਖੋਲ ਦੇ ਬਾਈ ਦੋਨੇ ਡੰਗ ਖਾ ਦੇ। ਫੁੱਲ ਕੱਦ, ਤੇ ਐਰ ਸ਼ਹਿਰ ਚ ਪੈਂਦੀ ਹੈ? ਇਹ ਐਰ ਸ਼ਹਿਰ ਚ ਪੈਂਦੀ। ਐਰ ਸ਼ਹਿਰ ਦੇ ਵਿੱਚ ਬਾਈ ਪੈਂਦੀ ਆ,
ਫੇਸ ਬੜਾ ਪਿਆਰਾ, ਰੰਗ ਰੂਪ ਚੰਗਾ। ਵੱਡੀ ਗੱਲ ਗਰਮੀ ਨਹੀਂ ਮੰਨਦੀ ਬਿਲਕੁਲ, ਫੈਂਡ ਫੂਡ ਆ ਜਿਹੜੀ ਗਰਮ ਜੀ ਚੰਗੀ ਉਹ ਖਾਣ ਲਈ ਵਾ ਬੜਾ ਕਮਾਲ। ਮੁੱਠੀ ਵਾਲਾ ਥਾਣ ਚਵਾਈ ਕਿਵੇਂ ਬਈ? ਚਵਾਈ ਇੱਕ ਨੰਬਰ ਆ ਡਾਕਟਰ ਸਾਹਿਬ, ਭਲਾ ਕੋਈ ਮਰਜ਼ੀ ਚੋਈ ਜਾਵੇ, ਠੀਕ ਆ, ਕੋਈ ਚੱਕਰ ਹੀ ਨਹੀਂ। ਠੀਕ ਆ, ਤੇ ਕੀ ਮੁੱਲ ਆ ਭਰਾ? ਮੁੱਲ ਇਹਦਾ ਡਾਕਟਰ ਸਾਹਿਬ 60,000 ਰੁਪਈਆ। ਮਾਨਤਾਨ ਹੋ ਜਾਓ, ਮਾਨਤਾਨ ਕਰ ਦਿਓ, 60,000 ਰੁਪਈਆ ਮੁੱਲ ਆ ਬਈ, ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਊ। ਆਰਡਰ ਚੰਗਾ, ਹਜੇ ਚ ਦੁੱਧ 20-30 ਕਿਲੋ ਆਰਾਮਦਾਰੀ ਨਾਲ ਪਾਈ ਜਾਊਗੀ ਬਾਈ। ਸਹੀ ਗੱਲ ਆ ਬਾਈ, ਆ ਹਜੇ ਸਾਫ ਹੋਈ ਜਾਂਦੀ ਆ, ਮੈਣਾ ਮੁਲਾ ਜਾਂ ਸਿੱਟੀ ਜਾਂਦੀ ਆ। ਹਾਂਜੀ, ਅੱਗੇ ਬਾਈ 4 ਨੰਬਰ ਕਿਹੜਾ ਸੂਆ? ਇਹ ਪਹਿਲਾ ਸੂਆ ਸੂਈ ਵੀਰ ਸਾਹਿਬ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਈ ਅੱਜ 5 ਦਿਨ ਹੋ ਗਈ। ਠੀਕ ਆ, ਬੱਚਾ ਬਾਈ? ਬੱਚਾ ਹੀ ਆ ਜੀ ਇਹਦੇ। ਬੱਚਾ ਬਾਈ, ਦੁੱਧ ਕਿੰਨਾ ਹੁਣ? ਦੁੱਧ ਹੁਣ ਇਹਦੇ ਥੱਲੇ ਹੋ ਗਈ ਚੌਣ ਵਾਲਾ 15-15.5 ਕਿਲੋ। ਠੀਕ ਆ ਬਾਈ, ਖੋਲ ਦੇ ਬਾਈ, ਤੋਰ ਕੇ ਦਿਖਾ ਦੇ। ਚੰਗੀ ਆ ਬੈਡ ਅੰਗ ਆ ਬਈ, ਥਣ ਬੜਾ ਕਮਾਲ ਦਾ, ਮੁੱਠੀ ਵਾਲਾ ਥਣ, ਚਾਰੇ ਥਣ ਖੜਵੇਂ ਪੂਰੇ ਗੈਪ ਤੇ, ਰੰਗ ਰੂਪ ਚੰਗਾ, ਤੋਰਾ ਤਾਰਾ ਚੰਗਾ, ਚੰਗੀ ਆ ਬੈਡ। ਦੰਦਾ ਜੀ ਆ ਡਾਕਟਰ ਸਾਹਿਬ, ਬੱਚੀ ਆ ਜੀ। ਦੰਦਾ ਜੀ ਆ ਜੀ? ਹਾਂਜੀ। ਠੀਕ ਆ ਜੀ, ਤੇ ਕੀ ਮੁੱਲ ਆ ਬਈ ਇਹਦਾ? ਮੁੱਲ ਇਹਦਾ ਕੁਛ ਮਰਜ਼ੀ ਕਰੀਏ ਜੀ, 2x60 ਦੀ ਦੇਣੀ ਆ। ਹਾਂ ਨਾ, ਠੀਕ ਆ। ਹਾਂਜੀ, ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਓ, 2x60,000 ਦੀ ਬਾਈ ਕਹਿੰਦਾ ਬੈਡ ਆ ਜਿਹੜੀ ਦੇ ਦੇਣੀ। ਦੰਦਾਂ 'ਚ ਬੈਡ, ਆਰਡਰ ਚੰਗਾ, ਥਾਣ ਚੰਗਾ, ਸੂਈ ਸਵਾਈ। ਓਕੇ ਬਾਈ, ਅੱਗੇ ਵੀਰੇ ਲਾਸਟ ਸਾਹੀਵਾਲ। ਹਾਂਜੀ ਸਾਹੀਵਾਲ, ਕਿਹੜਾ ਸੂਆ ਵੀਰੇ? ਇਹ ਜੀ 3ਜਾ ਸੂਆ ਸੂਈ ਹੋਈ। ਠੀਕ ਆ, ਕਦੋਂ ਸੂਈ ਆ ਬਾਈ? ਇਹਨੂੰ ਹੋ ਗਈ ਅੱਜ 3ਜਾ ਦਿਨ ਹੈ ਜੀ ਸੂਈ। 3ਜਾ, ਬੱਚਾ ਕੀ ਆ ਬਾਈ? ਬੱਚਾ ਹੀ, ਮਗਰ ਬੱਚਾ ਬਾਈ, ਠੰਡੀ ਬਹੁਤ ਆਣਾ ਯਾਰ, ਠੰਡੀ ਸੀਲ ਬਹੁਤ ਆਈ ਇਹਦੇ, ਮਗਰ ਭਾਵੇਂ ਕੋਈ ਜਵਾਕ ਬੈਠਾ ਰਵੇ ਥੱਲੇ, ਕੋਈ ਚੱਕਰ ਨਹੀਂ, ਠੰਡੀ ਸੀ ਜਮਾ ਮਾਝੀ ਆ ਜੀ, ਬਣੀ ਤਣੀ ਬਣੀ ਤਣੀ, ਮਾਝਾ ਮਾਝਰ ਕੇ ਦੋ, ਜਿਵੇਂ ਮਰਜ਼ੀ ਕੋਈ ਬੈਠਾ ਰਵੇ। ਚਵਾਈ ਚੋਈ ਕਿਵੇਂ? ਚਵਾਈ ਇੱਕ ਨੰਬਰ ਆ ਜੀ। ਕਿੰਨੇ ਬੋਲੇ ਤੇ ਹੁਣ? ਹੁਣ ਇਹਦੇ ਥੱਲੇ ਹੋਊਗਾ ਬੋਲਾ 9.5 ਕਿਲੋ ਹੋਊਗਾ। ਹੋਲ ਦੇ ਬਾਈ, ਤੋਰ ਕੇ ਰਖਾ ਦੇ, 9.5 ਲੀਟਰ ਬਾਈ ਬੋਲਾ ਹਾਜ਼ਰ ਦੱਸਦਾ। ਸਮੀ ਬੜੀ ਆ, ਰਾਜੀ ਫੁੱਲ ਚਮਕ, ਬਾਕੀ ਆਪਾਂ ਕਦੇ ਮਣਿਆ ਵੀ ਨਹੀਂ ਜੀ, ਹੋਵੇ ਤਾਂ 10 ਹੀ ਹੋਵੇ ਹਨਾ। ਅੱਛਾ, ਬਾਲਟੀ ਦੇ ਹਿਸਾਬ ਨਾਲ ਹੀ ਅੰਦਾਜ਼ਾ ਜਿਹਾ ਲਾ ਲਈਦਾ। ਠੀਕ ਆ ਬਾਈ, ਤੇ ਮੁੱਲ ਭਰਾ ਇਹਦਾ? ਮੁੱਲ ਇਹਦਾ ਲੈਣ ਦੇਣ ਜਿਹੜਾ 30,000 ਰੁਪਈਆ। ਮਾਨਤਾਨ ਹੋ ਜਾਊ? ਮਾਨਤਾਨ ਕਰ ਦਾਂਗੇ, 30,000 ਰੁਪਈਆ ਮੁੱਲ ਆ, ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ। ਚੰਗੀ ਆ ਬੜ, ਠੰਡੀ ਸੀਲ ਪੂਰੀ ਆ, ਮਾਝਰ ਗਾ ਦੁੱਧ ਦਿਓ, ਮਾਝਰ ਗਈ ਕੰਮ, ਠੰਡੀ ਫੁੱਲ ਆ, ਵੱਡੀ ਗੱਲ। ਜੇ ਗਾ ਮਾਰ ਜੇ ਜੀ ਕਿਸੇ ਪਾਸੇ ਵੀ ਮੂਰੇ ਜਾਂ ਮਗਰੋਂ, ਆਪਾਂ ਗਾ ਫ੍ਰੀ ਦੇ ਦਾਂਗੇ ਜੀ, ਅਗਲਾ ਕਹਿੰਦਾ ਦੋਗਲੀ ਗਾ ਮਾਰੂਗੀ। ਸਹੀ ਗੱਲ ਆ ਬਾਈ, ਉਹ ਜਿਹਾ ਤਾਂ ਹੈ ਹੀ ਨਹੀਂ ਜੀ ਕੋਈ ਕੰਮ। ਨਾਗ ਭਰਾ ਕੋਲੇ ਸੀਗੇ 5-5 ਰਖਾਤੇ, ਕਿਸੇ ਵੀਰ ਨੂੰ 5 ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ ਬਾਈ।